ਮੀਰਪੁਰ ਖਾਫ ਬਿਊਰੋ ਚੀਫ ਸ਼ਾਹਿਦ ਮੇਮਰ, ਨਿਆਣੀ ਕੇ ਮੁੜਸੇ ਦੇਰ ਕਤਲ ਕਰਨ ਬਾਅਦ ਵਾਕਏ ਕੇ ਖੁਦਕੁਸ਼ੀ ਦੋ ਰੰਗ ਦਿਨੋ ਪਯੋ। ਨਿਆਣੀ ਕੇ ਜਿਸਮ ਤੇ ਤਸ਼ੱਦਦ ਦਾ ਨਿਸ਼ਾਨ ਹੋਇਆ, ਪੁਲਿਸ ਐਂਟਰੀ ਦਾਖਲ ਕਈ, ਬਾਸਰ ਸਿਆਸੀ ਸ਼ਖਸ ਦੀ ਮੁਦਾਖਲਤ ਬਾਅਦ ਪੁਲਿਸ ਕੇਸ ਦਾਖਲ ਕਰਨ ਦਾ ਇਨਕਾਰ ਕਰੇ ਛੱਡਿਓ। ਅੜੋ ਇਜ਼ਹਾਰ ਕੁੰਡਰੀ ਥਾਣੇ ਦੀ ਹੈ ਤੇ ਗੋਠਾ ਹਯਾਤ ਪੰਜਾਬੀ ਵਾਸੀ ਗੋਠਾਣੇ ਦੇਵਜੀ ਕੋਹਲੀ ਪੈਣੀ ਜ਼ਾਲ ਸ਼੍ਰੀਮਤੀ ਰਾਮੂ ਕੋਹਲੀ ਸਾਂ ਗੱਡ ਮੀਰਪੁਰ ਖਾਸ ਪਹੁੰਚੀ, ਸਾਫਿਨ ਅੱਗਿਆਂ ਦਾਹੂ ਦਾਹੀ ਦੇ ਕਯੋ। ਗੋਠਾਣੇ ਇਸ ਅਗਰ ਜ਼ਾਲ ਵਧੀਕ ਚਾਹੋ ਤਾਂ ਨਿਆਣੀ ਗੰਗਾ ਕੋਹਲੀ ਦੀ 2 ਸਾਲ ਅੱਗ ਗੋਠੇ ਸਨਾਵਲਾ ਜਟਵਾਸੀ ਰਾਮਚੰਦ ਕੋਹਲੀ ਸਾਂ ਸ਼ਾਦੀ ਕਰਾਈ ਹੋਈ, ਜਿਹਦੇ ਤਾਂ ਰਾਮਚੰਦ ਕੋਹਲੀ ਜਾ ਸੰਦਸ ਭਾਓ ਨੀਣੂ ਕੋਹਲੀ ਦੀ ਘਰਵਾਰੀ ਸਾਂ ਗਲਤ ਤਾਲੁਕਾਤ ਹੋਇਆ, ਜੇ ਤੇ ਨਿਆਣੀ ਗੰਗਾ ਕੋਹਲੀ ਮਨਾ ਕੰਦੀ ਹੋਈ ਤਾਂ ਸੰਦਸ ਮੁੜਸ ਰਾਮਚੰਦ ਕੋਹਲੀ ਖੈਸ ਤਸ਼ਦ ਜੋ ਨਿਸ਼ਾਨੋ ਬਣਾਈਂਦੋ ਹੋ। ਅੜੀ ਸ਼ਿਕਾਇਤ ਕੇਤਰਾਈ ਬੇਰਾ ਨਿਆਣੀ ਅਸਾਂ ਸਾਂ ਕਈ, ਅਸਾਂ ਨਾ ਠੀਕ ਹੈ ਸਮਝਾਇਓ ਪਰ ਉਹ ਬਿਹਤਰ ਖੇਸ ਤਸ਼ਦਦ ਕੰਦੋ ਹੋ। ਗੁਜ਼ਰਲ ਨੀ ਅਸਾਂਖੇ ਫੋਨ ਜ਼ਰੀਏ ਇਤਲਾਹ ਮਿਲੀ ਤਾਂ ਨਿਆਣੀ ਗੰਗਾ ਗਿੱਠੀ ਮੇ ਰਸੋ ਵਿਧੀ ਖੁਦਕੁਸ਼ੀ ਕਰੇ ਛੱਡੀ ਆਹੇ। ਅਸਾਂ ਉੱਤੇ ਪਹੁੰਚਾ ਸੀ ਜਿੱਥੇ ਦਿਸਣ ਬਾਅਦ ਮਾਲੂਮ ਥਿਓ ਤਾਂ ਨਿਆਣੀ ਜੇ ਮਗਜ਼ ਸਮੇਤ ਸਰੇ ਜਿਸਮ ਤੇ ਤਸ਼ੱਦਦ ਦਾ ਨਿਸ਼ਾਨ ਹੋਇਆ। ਅਸਾਂ ਅਹਿੜੋ ਇਤਲਾਹ ਕੁੰਡਰੀ ਪੁਲਿਸ ਕੇ ਦਿਨੋ, ਪੁਲਿਸ ਪਹੁੰਚੀ ਲਾਸ਼ ਕੇ ਹਸਪਤਾਲ ਪਹੁੰਚਾਇਓ। ਅਸਾਂ ਕੁੰਡਰੀ ਥਾਣੇ ਦੀ ਪੁਲਿਸ ਕੇ ਬੁਧਾਇਓ ਤਾਂ ਅਸਾਂਜੀ ਨਿਆਣੀ ਖੁਦਕੁਸ਼ੀ ਨ ਕਈ ਆਹੇ, ਖੇਸ ਮੁੜਸ ਰਾਮਚੰਦ ਐ ਡੇਰ ਨੀਣੂ ਕੋਹਲੀ ਕਤਲ ਕਰਨ ਬਾਅਦ ਵਾਕਏ ਕੇ ਖੁਦਕੁਸ਼ੀ ਜੋ ਰੰਗ ਦਿਨੋ ਆਹੇ। ਪੁਲਿਸ ਐ ਡੀ ਐਮ ਸੀ ਦਾਖਲ ਕਰਨ ਬਾਅਦ ਚਾਹੋ ਤਾਂ ਲਾਸ਼ ਦਫਨਾਇਣ ਬਾਅਦ ਅਮਾਂ ਥਾਣੇ ਤੇ ਅਚੋ ਕੇਸ ਦਾਖਲ ਕਰਦਾ ਸੀ। ਜਦੋਂ ਲਾਸ਼ ਦਫਨਾਇਣ ਬਾਅਦ ਥਾਣੇ ਤੇ ਪਹੁੰਚਾ ਸੀ ਤੇ ਪੁਲਿਸ ਚਾਹੋ ਤਾਂ ਬਾਸਰ ਸ਼ਖਸ ਜੋ ਫੋਨ ਆਇਓ ਆਹੇ, ਅਸਾਂ ਕੇਸ ਦਾਖਲ ਨਥਾ ਕਰੇ ਸਕਾਂ। ਮਜਬੂਰਨ ਵਾਲਦੇਨ ਚਾਹੋ ਤਾਂ ਨਿਆਣੀ ਕੇ ਕਤਲ ਕਰ ਵਿਯੋ ਆਹੇ ਪਰ ਪੁਲਿਸ ਕੇਸ ਦਾਖਲ ਨਥੀ ਕਰੇ। ਜੇਕਾ ਸਰਾਸਰ ਨਾ ਇਨਸਾਫ਼ੀ ਆਹੇ, ਜਦੋਂ ਦਾ ਨਿਆਣੀ ਜੋ ਮੁੜਸ ਐਂ ਡੇਰ ਮੋਤਮਾਰ ਧਮਕੀਓ ਡੇਈ ਰਿਹਾ ਆਹੇ, ਅਸਾਂ ਮਿਸਕੀਨਨ ਦੀ ਕੇਰ ਬੇ ਦਾਦ ਫਰਿਆਦ ਬੁਧਣ ਲਈ ਤਿਆਰ ਨਾਹੇ। ਮਜਬੂਰ ਥੀ ਤੇ ਪਹੁੰਚਾ ਆਹੀਂ ਮਜਬੂਰ ਵਾਲਦੇਨ ਆਈ ਜੀ ਸਿੰਧ, ਡੀ ਆਈ ਜੀ ਮੀਰਪੁਰ ਖਾਸ, SSP ਉਮਰਕੋਟ ਸਮੇਤ ਵਸਵਾਰਨ ਅਖਤਿਆਰਨ ਸਾਂ ਪੁਰਜ਼ੋਰ ਮੁਤਾਲਬੋ ਕੰਦੇ ਚਾਹੋ ਤਾਂ ਮਾਮਲੇ ਜੋ ਨੋਟਿਸ ਵਠੀ ਜਾਣਾਇਲ ਮਾਣਨ ਖਿਲਾਫ਼ ਨਿਆਣੀ ਦੇ ਕਤਲ ਜੋ ਕੇਸ ਦਾਖਲ ਕਰੇ, ਇਨਸਾਫ਼ ਐਂ ਤਹਫ਼ੁਜ਼ ਫਰਾਮ ਕਰ ਬਣੇ।